ਸਾਨੂੰ ਸ਼ਿੰਗਲਸ ਦੇ ਬਾਰੇ ਵੀ ਦੱਸੋ, ਕਿਉਂਕਿ ਇੱਕ ਜਦੋਂ ਉਹਦੀ ਗੱਲ ਆਉਂਦੀ ਹੈ ਤਾਂ ਇੱਕ ਰੈਸ਼ ਦੀ ਤਰ੍ਹਾਂ ਜਿਹੜੀ ਉਹ ਸਾਡੀ ਬੋਡੀ ਦੇ ਵਿੱਚ ਹੋ ਜਾਂਦੀ ਹੈਗੀ ਹੈ, ਸੋ ਉਹਦੇ ਇੱਕ ਵਾਇਰਲ ਇਨਫੈਕਸ਼ਨ ਦੇ ਹੋਣ ਦੇ ਕਾਰਨ ਕੀ ਹੋ ਸਕਦੇ? ਚਿਕਨ ਪੌਕਸ ਦਾ ਵਾਇਰਸ ਜਦੋਂ ਅੰਦਰ ਬਹਿ ਅੰਦਰ ਜਾਂਦਾ ਚੱਲਦਾ? ਨਾ, ਓਕੇ ਉਹ ਡੋਰਮੈਂਟ ਹੋ ਜਾਂਦਾ, ਇਹਨੂੰ ਸ਼ਿੰਗਲਸ ਕਹਿੰਦੇ ਆ। ਓਕੇ ਚਿਕਨ ਪੌਕਸ ਕਿਸੇ ਨੂੰ ਹੋਈ ਹੋਵੇ ਕਦੀ, ਜਾਂ ਹੋਣ ਲੱਗੀ ਹੋਵੇ ਤਾਂ ਤੁਸੀਂ ਉਹਨੂੰ ਸਪਰੈਸ ਕਰਤਾ, ਐਂਟੀਬਾਇਓਟਿਕਸ ਫਟਾਫਟ ਲੈ ਲਏ, ਉਹ ਦੱਬ ਗਈ ਚਿਕਨ ਪੌਕਸ, ਉਹ ਵਾਇਰਸ ਤਾਂ ਕਿਤੇ ਨਹੀਂ ਗਿਆ ਨਾ, ਉਹ ਅੰਦਰ ਸੌ ਗਿਆ, ਡੋਰਮੈਂਟ ਹੋ ਗਿਆ। ਉਹ 20 ਸਾਲ ਬਾਅਦ, 2 ਸਾਲ ਬਾਅਦ, 10 ਸਾਲ ਬਾਅਦ, ਕਈ ਵਾਰੀ 50 ਸਾਲ ਬਾਅਦ ਉਹ ਬਾਹਰ ਨਿਕਲ ਆਉਂਦਾ। ਔਰ ਇਹਦੇ ਰੈਸ਼ ਦਾ ਤਰੀਕਾ ਇਹ ਹੈ ਕਿ ਰੈਡਿਸ਼ ਰੈਡਿਸ਼ ਹੋਏਗੀ ਸਕਿਨ, ਐਵੇਂ ਰੈਡ 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 ਹੋਣੀ ਸ਼ੁਰੂ ਹੋ ਜਾਏਗੀ। ਇਹਦੀ ਦਵਾਈ ਵੀ ਆਰਸੈਨਿਕ ਹੈ, ਜਿਹੜੀ ਵਾਇਰਸ ਦੀ ਦਵਾਈ ਹੈ, ਜਿਹੜੀ ਕਿਸੇ ਵੀ ਵਾਇਰਸ ਦੀ ਦਵਾਈ ਹੈ। ਆਰਸੈਨਿਕਮ ਐਲਬਮ 200, ਉਹਦੇ 5 ਡ੍ਰੌਪਸ ਲੈ ਲਓ ਅਤੇ ਤੁਹਾਨੂੰ ਉਸੇ ਟਾਈਮ ਫਰਕ ਪੈਂਦਾ। ਉਹ ਸਿਮਟਮਸ ਦੇ ਹਿਸਾਬ ਨਾਲ ਹੋਰ ਵੀ ਦਵਾਈਆਂ ਐਡ ਕੀਤੀਆਂ ਜਾਂਦੀਆਂ, ਲੇਕਿਨ ਜਿਹੜੀ ਮੇਜਰ ਇਹਦੀ ਦਵਾਈ ਹੈ ਉਹ ਆਰਸੈਨਿਕ ਹੈ। ਸੋ ਜਿਵੇਂ ਤੁਸੀਂ ਕਿਹਾ ਕਿ ਸ਼ਿੰਗਲਸ ਦੀ ਦਵਾਈ ਜਿਹੜੀ ਆ ਉਹ ਲਈ ਜਾ ਸਕਦੀ ਹੈ, ਪਰ ਹੁਣ ਇਹਦੀਆਂ ਫਿਰ ਰੈਮੇਡੀਜ਼ ਦੇ ਲਈ ਤੁਸੀਂ ਮਸ਼ਹੂਰ ਹੈਗੇ, ਕੋਈ ਰੈਮੇਡੀ ਵੀ ਹੈਗੀ ਦਵਾਈ ਸ਼ਿੰਗਲਸ ਦੀ? ਆਰਸੈਨਿਕ ਹੋਮ ਰੈਮੇਡੀ ਨਹੀਂ, ਹੋਮ ਰੈਮੇਡੀ ਇਹਦੀ ਇਹੀ ਹੈ ਕਿ ਤੁਸੀਂ ਵਾਇਰਸ ਨੂੰ ਕਿਲ ਕਰੋ। ਹੁਣ ਵਾਇਰਸ ਨੂੰ ਕਿਲ ਕਰਨ ਲਈ ਤੁਸੀਂ ਉਹ ਚੀਜ਼ਾਂ ਖਾਓ ਜਿਹੜੀਆਂ ਵਾਇਰਸ ਨੂੰ ਕਿਲ ਕਰਦੀਆਂ, ਕਿਸੇ ਵੀ ਵਾਇਰਸ ਨੂੰ ਕਿਲ ਕਰਦੀਆਂ ਨੇ। ਹਲਦੀ ਹੈ, ਐਂਟੀਆਕਸੀਡੈਂਟ ਹੈ, ਉਹ ਸਾਰੇ ਆਕਸੀਡੇਸ਼ਨਸ ਨੂੰ ਬਾਹਰ ਕੱਢ ਦਿੰਦੀ ਹੈ। ਅਗਰ ਤੁਹਾਨੂੰ ਕਦੇ ਚਿਕਨ ਪੌਕਸ ਹੋਈ ਹੈ ਤਾਂ ਤੁਸੀਂ 1/2 ਚਮਚ ਹਲਦੀ ਜ਼ਰੂਰ ਲਿਆ ਕਰੋ, ਅਕਸਰ ਉਹ ਬੇਸ਼ਤਰ ਲਿਆ ਕਰੋ। ਸੁੰਡ ਹੈ, ਇੱਕ ਚੁਟਕੀ ਸੁੰਡ ਦੀ, ਲੇਕਿਨ ਸੁੰਡ ਜਦੋਂ ਤੁਹਾਨੂੰ ਰੈਸ਼ ਹੋਣੀ ਸ਼ੁਰੂ ਹੋ ਜਾਏ, ਉਹ ਗਰਮ ਹੁੰਦੀ ਹੈ, ਉਹ ਤੁਹਾਨੂੰ ਹੋਰ ਰੈਸ਼ ਕਰੇਗੀ। ਚਾਏ ਹੈ, ਉਹ ਤੁਹਾਨੂੰ ਹੋਰ ਰੈਸ਼ ਕਰੇਗੀ। ਕੌਫੀ ਹੈ, ਉਹ ਤੁਹਾਨੂੰ ਹੋਰ ਰੈਸ਼ ਕਰੇਗੀ। ਜਿੰਨੀ ਦੇਰ ਤੱਕ ਤੁਸੀਂ ਉਹਨੂੰ, ਚਿਕਨ ਪੌਕਸ ਦਾ ਇੱਕ ਵਾਇਰਸ ਹੁੰਦਾ ਹੈ, ਉਹਨੂੰ ਵੈਰੀਸਿਲ, ਉਹਨੂੰ ਤੁਸੀਂ ਮਾਰੋਗੇ ਨਹੀਂ, ਉਹ ਡੋਰਮੈਂਟ ਹੋਇਆ ਸੀ, ਉਹਦੀ ਅੱਖ ਖੁੱਲ ਗਈ। ਹੁਣ ਅੱਖ ਖੁੱਲੀ ਤਾਂ ਉਹਨੇ ਆਪਣਾ ਕੰਮ ਸਕਿਨ ਦੇ ਅੰਦਰ ਸ਼ੁਰੂ ਕਰ ਦਿੱਤਾ। ਤੁਸੀਂ ਉਹਨੂੰ ਦਾਣੇ 'ਤੇ ਨਹੀਂ ਬਣਾ ਦਿੱਤੇ, ਚਿਕਨ ਪੌਕਸ 'ਤੇ ਨਹੀਂ ਬਣਾ ਦਿੱਤੀ, ਉਦੋਂ ਤੁਸੀਂ ਐਂਟੀਬਾਇਓਟਿਕ ਖਾ ਲਏ ਜਾਂ ਕਿਸੇ ਵੀ ਵਜ੍ਹਾ ਨਾਲ ਤੁਸੀਂ ਬਚ ਗਏ, ਅਤੇ ਹੁਣ ਉਹ ਆਪਣਾ ਕੰਮ ਦੂਸਰੇ ਵਾਲਾ ਕਰ ਰਿਹਾ ਜਿਹੜਾ ਉਹ ਡੋਰਮੈਂਟ ਰਹਿ ਕੇ ਕਰਦਾ। ਅਤੇ ਇਸ ਲਈ ਹਲਦੀ ਸਕਿਨ ਦੀ ਬਹੁਤ ਅੱਛੀ ਦਵਾਈ ਹੈ। ਸਕਿਨ ਦੀ ਦਵਾਈਆਂ ਹੋਰ ਵੀ ਬਹੁਤ ਸਾਰੀਆਂ ਨੇ, ਕੋਲਾਜਨ ਸਕਿਨ ਦੀ ਬਹੁਤ ਅੱਛੀ ਦਵਾਈ ਹੈ, ਬਾਇਓਟਿਨ ਸਕਿਨ ਦੀ ਬਹੁਤ ਅੱਛੀ ਦਵਾਈ ਹੈ। ਅਗਰ ਤੁਹਾਡੇ ਅੰਦਰ ਕੋਲਾਜਨ ਦੀ ਕੁਆਂਟਿਟੀ ਜ਼ਿਆਦਾ ਹੈ, ਤੁਹਾਡੀ ਬਾਡੀ 'ਚ ਤੁਸੀਂ ਮੂੰਗਰੇ ਬਹੁਤ ਖਾਂਦੇ ਹੋ, ਜਾਂ ਬਾਇਓਟਿਨ ਇੱਕ ਵਿਟਾਮਿਨ ਹੈ ਉਹ ਤੁਹਾਡੇ ਅੰਦਰ ਅਗਰ ਬਹੁਤ ਜ਼ਿਆਦਾ ਹੈ, ਤਾਂ ਤੁਸੀਂ, ਤੁਹਾਡੀ ਸਕਿਨ ਸਟਰੋਂਗ ਰਹੇਗੀ, ਰਿਜੂਵੀਨੇਟ ਕਰੇਗੀ। ਕੋਕਿਊ10 ਹੈ, ਜਿਹਨੂੰ ਐਂਟੀ ਏਜਿੰਗ ਕਹਿੰਦੇ ਅਸੀਂ। ਫਿਰ ਸਕਿਨ ਵਾਸਤੇ ਹੋਰ ਕਿਹੜੀ ਚੀਜ਼ ਹੈ, ਬਾਹਰੋਂ ਲਾਉਣ ਵਾਸਤੇ ਰੈਟੀਨੋਲ ਹੈ, ਵਿਟਾਮਿਨ ਈ ਹੈ ਬਾਹਰੋਂ ਲਾਉਣ ਵਾਸਤੇ, ਕੋਲਾਜਨ ਬਾਹਰੋਂ ਵੀ ਲੱਗ ਸਕਦਾ ਹੈ ਫੇਸ 'ਤੇ, ਸਕਿਨ 'ਤੇ, ਬਹੁਤ ਸਾਰੀਆਂ ਚੀਜ਼ਾਂ ਨੇ। ਬਿਲਕੁਲ, ਬਿਊਟੀ ਦੇ ਤਾਂ ਅਸੀਂ ਬੜੇ ਸਾਰੇ ਪ੍ਰੋਗਰਾਮ ਕੀਤੇ ਹੈ। ਬਿਲਕੁਲ, ਬਾਕੀ ਬਿਊਟੀ ਜਿਹੜੀ ਆ ਉਹ ਇਨਰ ਬਿਊਟੀ ਹੋਣੀ ਚਾਹੀਦੀ ਹੈ। ਆਊਟਰ ਬਿਊਟੀ ਨੂੰ ਤੁਸੀਂ ਜਿੰਨਾ ਮਰਜ਼ੀ ਕਰ ਲਓ, ਉਹ ਤੁਹਾਡੀ ਢਲਣੀ ਹੋਈ ਢਲਣੀ ਹੈਗੀ ਹੈ।